ਇੰਨੀ ਠੰਡ 'ਚ ਘਰੋਂ ਉੱਠ ਕੇ ਕਿਸੇ ਲਈ ਆਉਣਾ ਮਾਇਆ ਦੇਣ, ਇਹ ਛੋਟੀਆਂ ਗੱਲਾਂ ਨਹੀਂ ਹੈਗੀਆਂ। ਕੋਈ ਵੀਡੀਓ ਨੂੰ ਸ਼ੇਅਰ ਕਰਕੇ ਸੇਵਾ ਕਰ ਦੇਵੇ, ਇਹ ਨਹੀਂ ਹੈ ਚੰਗੇ ਲੋਕ ਹੈ ਨਹੀਂ, ਬੜੇ ਭਰੇ ਪਈ ਚੰਗੇ ਲੋਕਾਂ ਨਾਲ ਦੁਨੀਆ। ਲੈ ਵੀ ਦੂਜੀ ਇੱਕ ਪਹਿਲੀ ਫੋਨ ਕਾਲ ਜਰਮਨ ਦੀ, ਦੂਜੀ ਕੈਨੇਡਾ ਦੀ। ਆ ਜਿਹੜੇ ਇੰਨੇ ਮਰੀਜ਼ਾਂ ਦੀ ਮਦਦ ਹੁੰਦੀ ਹੈ, ਅਸੀਂ ਕੋਈ ਘਰੋਂ ਕੱਢ ਕੇ ਨੋਟ ਨਹੀਂ ਲਿਆ ਕੇ ਦਿੰਦੇ, ਡੋਨਰ ਹੀ ਆਉਂਦੇ। ਥੈਂਕ ਯੂ ਬ੍ਰਦਰ। ਅੱਛਾ ਤੁਹਾਡਾ ਬੇਟਾ ਜੀ? ਹਾਂਜੀ, ਨਈ ਨਈ ਜੋਬ ਲੱਗੀ। ਵਾਹ ਜੀ ਵਾਹ, ਮੁਬਾਰਕਾਂ ਨਵੀਂ ਜੋਬ ਦੀਆਂ। ਥੈਂਕ ਯੂ ਬਹੁਤ ਬਹੁਤ। ਤੁਹਾਡੀ ਏਜ ਦਾ ਸੀ ਐਮਪੀ? ਵਾਹਿਗੁਰੂ। ਅਰੇ ਛੋਟੀ, ਕੀ ਫਿਊਚਰ ਚ ਵੀ ਤੁਸੀਂ ਬਿੰਦਾਸ ਕਰਨਾ ਫੋਨ, ਠੀਕ ਹੈ? ਬੜਾ ਸ਼ੁਕਰ ਹੈ, ਮਹਾਰਾਜ ਤੁਹਾਨੂੰ ਹੋਰ ਦੇਣ। ਥੈਂਕ ਯੂ। ਦੇਖੋ ਸਲਾਮ ਹੈ, ਤੁਸੀਂ ਮੈਨੂੰ ਦੇਖਦੇ ਰਹਿੰਦੇ ਹੋ ਇਕੱਲਾ ਕਿ ਬੜਾ ਵਧੀਆ ਕੰਮ ਕਰਦਾ। ਅਸਲ ਤਾਂ ਇਹ ਹੀਰੋ ਨੇ, ਹਿਮਾਚਲ ਤੋਂ, ਕਿੱਥੋਂ, ਊਨੇ ਤੋਂ ਮੁੰਡਾ ਗਿਆ ਹੋਇਆ ਕੈਨੇਡਾ, ਦੇਖੋ ਵੀਡੀਓ ਕਾਲ 'ਤੇ ਹੈ, ਜਰਮਨ। ਦੇਖੋ ਜਰਮਨ ਤੋਂ ਕਿੱਥੇ ਆਪਣੇ ਮਾਂ ਬਾਪ ਨੂੰ ਨਹੀਂ ਠੰਡ 'ਚ ਭੇਜਿਆ। ਅਸਲ ਡੈਡੀਕੇਸ਼ਨ, ਸੇਵਾ ਭਾਵਨਾ ਦੇਖਣੀ ਹੋਵੇ ਨਾ, ਠੀਕ ਹੈ ਮੈਂ ਮਸ਼ਹੂਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ 'ਤੇ, ਮੈਂ ਹੀ ਨਜ਼ਰ ਆਉਂਦਾ ਤੁਹਾਨੂੰ, ਪਰ ਅਸਲੀ ਹੀਰੋ ਸ਼ਰਧਾ, ਹਿਊਮੈਨਿਟੀ। ਦੇਖੋ ਠੰਡ 'ਚ ਇਹ ਤਾਂ ਆਉਂਦੇ ਨੇ, ਮੈਂ ਹਮੇਸ਼ਾ ਕਹਿੰਦਾ ਹੁੰਦਾ ਇਹਨਾਂ ਦੀ ਤਾਂ ਮਜਬੂਰੀ ਹੈ, ਇਹਨਾਂ ਦੀ ਕਾਹਦੀ ਮਜਬੂਰੀ ਹੈ, ਇੰਨੀ ਠੰਡ 'ਚ ਘਰੋਂ ਉੱਠ ਕੇ ਕਿਸੇ ਲਈ ਆਉਣਾ ਮਾਇਆ ਦੇਣ, ਇਹ ਛੋਟੀਆਂ ਗੱਲਾਂ ਨਹੀਂ ਹੈਗੀਆਂ। ਠੀਕ ਹੈ, ਇਨਸਾਨ ਅੱਜ ਬੜਾ ਮਤਲਬ ਪ੍ਰਸਤ ਹੋ ਚੁੱਕਾ, ਉਹਨੂੰ ਲੱਗਦਾ ਕਿ ਸਾਰੇ ਹੀ ਮਤਲਬੀ ਨੇ, ਸਾਰੇ ਹੀ ਮਾੜੇ ਨੇ, ਕਿਉਂਕਿ ਉਹਨੇ ਕਰਮ ਹੀ ਇੰਨੇ ਚੰਗੇ ਨਹੀਂ ਕੀਤੇ ਕਿ ਉਹਨੂੰ ਚੰਗੇ ਦਿਖਣ। ਚੰਗੀਆਂ ਦੀ ਦੁਨੀਆ ਭਰੀ ਹੋਈ ਹੈ, ਚੰਗੇ ਹੀ ਨੇ। ਦੇਖੋ ਸਪੈਸ਼ਲ ਕਰੋ, ਉੱਠ ਕੇ ਆਪਣੀ ਕਿਰਤ ਕਮਾਈ ਇੱਥੇ ਲੈ ਕੇ ਆਉਣਾ। ਬੜਾ ਧੰਨਵਾਦ, ਤੁਹਾਡੀਆਂ ਅੱਖਾਂ ਦੱਸ ਰਹੀਆਂ ਅੰਕਲ, ਬੜਾ ਸ਼ੁਕਰੀਆ, ਮਹਾਰਾਜ ਤੁਹਾਨੂੰ ਹੋਰ ਦੇਣ। ਥੈਂਕ ਯੂ। ਇਹ ਆਸ਼ੀਰਵਾਦ ਰੱਖਣਾ ਆਪਣੇ ਭਰਾ ਪਰ, ਜਦੋਂ ਵੀ ਕੁਝ ਛੋਟੀ ਮੋਟੀ। ਇਸ ਤੋਂ ਉੱਪਰ ਆਂਟੀ ਦੁਨੀਆ ਦਾ ਕੋਈ ਬੰਦੇ ਵੱਲੋਂ ਦਿੱਤਾ ਕੋਈ ਆਸ਼ੀਰਵਾਦ ਨਹੀਂ ਹੁੰਦਾ। ਦੇਖੋ ਸਿੱਧਾ ਨਾ ਰੱਬ ਨਾਲ ਮਿਲਾਪ ਕਰਨਾ ਹੋਵੇ ਨਾ, ਵਿਚੋਲਾ ਨਹੀਂ ਰੱਖੀਦਾ। ਵਾਹਿਗੁਰੂ ਤੁਹਾਨੂੰ ਹੋਰ ਦੇਵੇ, ਸਾਡੇ ਹਿੱਸੇ ਦੀ ਵੀ ਖੁਸ਼ੀਆਂ ਤੁਹਾਨੂੰ ਮਿਲਣ ਜੀ। ਬੜਾ ਧੰਨਵਾਦ, ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਬੜਾ ਸ਼ੁਕਰੀਆ 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 ਸ਼ੁਕਰੀਆ। ਦੇਖੋ ਕਿੰਨੀ ਸ਼ਰਧਾ ਯਾਰ, ਕਿੰਨੀ ਮਤਲਬ ਉਹ ਮਹਿਸੂਸ ਕਰੋ ਇੱਕ ਮਿੰਟ ਲਈ ਕਿ ਕਿੱਥੋਂ ਤੁਰੇ, ਕਿੱਥੋਂ ਆਏ। ਥੈਂਕ ਯੂ ਭਾਜੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੁਸੀਂ ਕਿੱਥੋਂ ਆਏ? ਜਲੰਧਰ ਸਰ। ਥੈਂਕ ਯੂ ਜੀ, ਥੈਂਕ ਯੂ ਦੀਦੀ, ਬਹੁਤ ਧੰਨਵਾਦ। ਬੇਟੇ ਦਾ ਬਰਥਡੇ ਅੱਜ। ਵਾਹ ਜੀ ਵਾਹ, ਵਾਹ ਜੀ, ਕਿੱਥੇ ਬੇਟਾ ਤੁਹਾਡਾ? ਉਹ ਕੈਨੇਡਾ ਗਿਆ ਹੈ। ਅੱਛਾ ਕੈਨੇਡਾ, ਵਾਹ ਜੀ ਵਾਹ। ਸਾਰੀ ਯੂਥ ਇੱਥੋਂ, ਲੋਕੀ ਕਹਿੰਦੇ ਨੇ ਯੂਥ ਕਿਉਂ ਬਾਹਰ ਜਾ ਰਹੀ ਹੈ। ਲੈ ਵੀ ਦੂਜੀ ਇੱਕ ਪਹਿਲੀ ਫੋਨ ਕਾਲ ਜਰਮਨ ਦੀ, ਦੂਜੀ ਕੈਨੇਡਾ ਦੀ। ਥੈਂਕ ਯੂ ਭਾਜੀ। ਹੈਲੋ ਸਰ। ਹੈਲੋ। ਕੋਈ ਸਰ ਇੱਦਾਂ ਦੀ ਕੋਈ ਗੱਲ ਨਹੀਂ ਹੈ। ਮੈਂ ਇੱਥੇ ਚਲੋ ਸੀ, ਮੈਂ ਮੈਡੀਕਲ ਕਰਦਾ ਪਿਆ ਸੀ, ਮੈਂ ਮੈਡੀਕਲ ਕਰਨਾ ਸੀ। ਅੱਛਾ। ਇੱਥੇ ਮੈਂ ਡਾਕਟਰ ਬਣਨਾ ਸੀ ਇੱਥੇ, ਤੇ ਨਹੀਂ ਹੋ ਪਾਇਆ। ਚਲੋ ਮੇਰਾ ਕਿਸ ਤਰੀਕੇ ਨਾਲ ਨਹੀਂ ਨਿਕਲਿਆ ਪੇਪਰ, ਫਿਰ ਮੈਂ ਤੁਹਾਡੇ ਵੀਡੀਓ ਦੇਖਦਾ ਹੁੰਦਾ ਸੀ, ਮੰਮੀ ਨੂੰ ਕਹਿੰਦਾ ਹੁੰਦਾ ਸੀ। ਮੈਂ ਕਿਹਾ ਚਲੋ ਅਸੀਂ ਜਿਹੜੀ ਚੀਜ਼ ਡਾਕਟਰ ਬਣ ਕੇ ਨਹੀਂ ਕਰ ਪਾਏ ਸਰ, ਬਿਨਾਂ ਉਸ ਚੀਜ਼ ਨੂੰ, ਕਿਤੇ ਲੋਕਾਂ ਤੋਂ, ਇੰਨੇ ਲੋਕਾਂ ਤੱਕ, ਇੰਨੇ ਯੂਥ ਤੱਕ ਜਾ ਰਹੇ ਆ। ਵਾਹਿਗੁਰੂ, ਤੁਸੀਂ ਡਾਕਟਰ ਨਾਲੋਂ ਉੱਪਰ ਹੋ। ਮੈਨੂੰ ਇਸ ਯੋਗਾ ਕਰਤਾ ਕਿ ਮੈਂ ਕਰੂੰਗਾ, ਉਸ ਦਿਨ ਮੈਂ ਪੱਕਾ ਕਰੂੰਗਾ। ਤੇ ਬਰਥਡੇ ਵਾਲੇ ਦਿਨ ਮੈਂ ਸੋਚਿਆ ਸੀ, ਮੈਂ ਕਿਹਾ ਮੈਂ ਭੇਜੂਗਾ, ਮੈਂ ਕਿਹਾ ਮੈਂ ਤੁਹਾਨੂੰ ਪੈਸੇ ਭੇਜੇ, ਜਿਹੜੀ ਕਮਾਈ ਹੈ ਅਸੀਂ ਮੈਂ ਭੇਜੀ। ਬੜਾ ਸ਼ੁਕਰੀਆ। ਪਹਿਲੀ ਕਮਾਈ ਸੀ ਉਹ ਵੀ ਮੈਂ ਇੱਥੇ ਭੇਜੀ ਸੀ। ਵਾਹ ਜੀ ਵਾਹ, ਜਿਹੜੀ ਪਹਿਲੀ ਕਮਾਈ ਸੀ ਉਹ ਵੀ ਮੈਂ 5 ਅਗਸਤ ਨੂੰ। ਅੱਛਾ, ਪਹਿਲੀ ਕਮਾਈ ਵੀ ਇੱਥੇ ਕਰਕੇ। ਵਾਹ ਜੀ ਵਾਹ, ਮਹਾਰਾਜ ਬਰਕਤ ਪਾਣ ਜੀ, ਤੁਹਾਡੀ ਕਮਾਈ 'ਚ ਬੜੀ ਬੜੀ ਦਿਲ ਨੂੰ ਖੁਸ਼ੀ ਹੁੰਦੀ ਹੈ, ਤੁਸੀਂ ਤੁਹਾਨੂੰ ਦੇਖ ਕੇ। ਔਰ ਐਂ ਹੀ ਮਹਾਰਾਜ ਤੁਹਾਡੀ ਕਮਾਈ 'ਚ ਬਰਕਤ ਪਾਉਂਦੇ ਰਹਿਣ, ਰੱਬ ਤੁਹਾਨੂੰ ਬਹੁਤ ਦੇਵੇ। ਥੈਂਕ ਯੂ, ਹੈਪੀ ਬਰਥਡੇ ਵਾਂਸ ਅਗੇਨ। ਥੈਂਕ ਯੂ ਆਂਟੀ ਜੀ, ਥੈਂਕ ਯੂ, ਬੜਾ ਸ਼ੁਕਰੀਆ, ਤੁਹਾਡੀ ਲਵਾਨੇ ਸੇਵਾ। ਦੋ ਮਿੰਟ ਬੈਠ। ਦੇਖੋ ਸ਼ਰਧਾ, ਦੇਖੋ
ਪਹਿਲੇ ਡੋਨਰ ਜਰਮਨ ਤੋਂ ਮੁੰਡੇ ਨੇ ਭੇਜੀ, ਦੂਜੇ ਨੇ ਕੈਨੇਡਾ ਤੋਂ ਭੇਜੀ। ਇਹ ਨਹੀਂ ਹੈ ਚੰਗੇ ਲੋਕ ਹੈ ਨਹੀਂ, ਬੜੇ ਭਰੇ ਪਈ ਚੰਗੇ ਲੋਕਾਂ ਨਾਲ ਦੁਨੀਆ। ਸਾਡੀ ਅੱਖ ਹੈ ਨਹੀਂ, ਅਸੀਂ ਕਰਮ ਹੀ ਇੰਨੇ ਗੰਦੇ ਕੀਤੇ ਹੋਏ ਨੇ ਕਿ ਸਾਡੀ ਅੱਖ ਹੀ ਹੈ ਨਹੀਂ ਚੰਗੇ ਬੰਦੇ ਦੇਖਣ ਵਾਲੀ। ਬੜੀ ਵਧੀਆ ਦੁਨੀਆ ਹੈ। ਆ ਜਿਹੜੇ ਇੰਨੇ ਮਰੀਜ਼ਾਂ ਦੀ ਮਦਦ ਹੁੰਦੀ ਹੈ, ਅਸੀਂ ਕੋਈ ਘਰੋਂ ਕੱਢ ਕੇ ਨੋਟ ਨਹੀਂ ਲਿਆ ਕੇ ਦਿੰਦੇ, ਡੋਨਰ ਹੀ ਆਉਂਦੇ ਨੇ। ਬਸ ਇਹ ਹੈ ਕਿ ਚੰਗਿਆਈ ਦਿਖਦੀ ਵੀ ਉਹਨੂੰ ਹੈ ਜਿਹਨੇ ਕੋਈ ਚਾਰ ਚੰਗੇ ਕਰਮ ਕੀਤੇ ਹੋਣ, ਭਾਵੇਂ ਉਹ ਮਰੀਜ਼ ਹੋਣ ਅਤੇ ਭਾਵੇਂ ਸਾਡੇ ਵਰਗੇ ਹੋਣ। ਅਸੀਂ ਤਾਂ ਸਿਰਫ ਇੱਕ ਹੌਂਕਾ ਦਿੰਦੇ ਸੋਸ਼ਲ ਮੀਡੀਆ 'ਤੇ। ਅੱਜ ਸੋਸ਼ਲ ਮੀਡੀਆ ਦੀ ਪਾਵਰ ਦੇਖੋ ਕਿ ਤੁਸੀਂ ਲੋਕਾਂ ਨੇ ਘਰੇ ਬਹਿ ਕੇ ਵੀਡੀਓ ਸ਼ੇਅਰ ਕਰ ਕਰਕੇ ਸੋਸ਼ਲ ਮੀਡੀਆ 'ਤੇ ਕਿੰਨਾ ਵੱਡਾ ਕਾਫਲਾ ਜੋੜਤਾ। ਔਰ ਮੈਂ ਵੀਡੀਓ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ, ਤੁਸੀਂ ਜਿੰਨੇ ਵੀ ਜਾਣੇ ਸਾਡੇ ਵੀਡੀਓ ਦੇਖਦੇ ਹੋ, ਇੱਕ ਰਿਕਸ਼ੇ ਵਾਲੇ ਤੋਂ ਲੈ ਕੇ ਇੱਕ ਮਜ਼ਦੂਰ ਤੋਂ ਲੈ ਕੇ ਦੁਨੀਆ ਦਾ ਸਭ ਤੋਂ ਅਮੀਰ ਆਦਮੀ, ਇਹ ਸਾਰੇ ਹੀ ਇਸ ਐਨ ਜੀ ਓ ਨਾਲ ਜੁੜ ਸਕਦੇ ਨੇ ਔਰ ਲੋਕਾਂ ਦਾ ਭਲਾ ਕਰ ਸਕਦੇ ਨੇ। ਕੋਈ ਫਾਈਨੈਂਸ਼ੀਅਲ ਸੇਵਾ ਕਰ ਦੇਵੇ, ਕੋਈ ਆ ਕੇ ਇੱਥੇ ਫਿਜ਼ੀਕਲੀ ਸੇਵਾ ਕਰ ਦੇਵੇ, ਕੋਈ ਆ ਕੇ ਇੱਥੇ ਕਿਸੇ ਦਾ ਦੁੱਖ ਸੁਣ ਕੇ ਸੇਵਾ ਕਰ ਦੇਵੇ, ਕੋਈ ਵੀਡੀਓ ਨੂੰ ਸ਼ੇਅਰ ਕਰਕੇ ਸੇਵਾ ਕਰ ਦੇਵੇ, ਕਿਸੇ ਵੀ ਤਰ੍ਹਾਂ ਦੀ ਸੇਵਾ ਤੁਸੀਂ ਲੈ ਸਕਦੇ ਹੋ। ਬੜਾ ਧੰਨਵਾਦ।